ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਿੱਥੇ ਇੱਕ ਪਾਸੇ ਚੰਡੀਗੜ੍ਹ ਦੇ ਮੋਹਾਲੀ ਦੇ ਬਾਰਡਰ ਤੇ ਮੋਰਚਾ ਲੱਗਿਆ ਹੈ, ਦੂਜੇ ਪਾਸੇ ਅੱਜ ਤੁਸੀਂ ਦੇਖ ਸਕਦੇ ਹੋ ਜਿਹੜੇ ਬੰਦੀ ਸਿੰਘ ਨੇ ਗੁਰਮੀਤ ਸਿੰਘ, ਉਹਨਾਂ ਨੂੰ ਰੈਗੂਲਰ ਬੇਲ ਮਿਲੀ ਹੈ ਤੇ ਉਹਨਾਂ ਨੂੰ ਇਸ ਵਕਤ ਲਿਆਇਆ ਜਾ ਰਿਹਾ ਹੈ ਜੇਲ੍ਹ ਤੋਂ ਬਾਹਰ। ਆ ਤਸਵੀਰਾਂ ਤੁਹਾਡੇ ਸਾਹਮਣੇ ਨੇ, ਇੱਥੇ ਸਰੋਪੇ ਪਾ ਕੇ ਉਹਨਾਂ ਦਾ ਸਵਾਗਤ ਜਿਹੜਾ ਹੈਗਾ ਉਹ ਕੌਮੀ ਇਨਸਾਫ਼ ਮੋਰਚਾ ਵੱਲੋਂ ਜਿਹੜਾ ਕੀਤਾ ਜਾ ਰਿਹਾ, ਹੋਰ ਜਿਹੜੇ ਨਾਲ ਸੀਗੇ ਲੋਕ ਉਹਨਾਂ ਵੱਲੋਂ ਕੀਤਾ ਜਾ ਰਿਹਾ। ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਗੁਰਮੀਤ ਸਿੰਘ, ਭਾਈ ਗੁਰਮੀਤ ਸਿੰਘ ਤੇ ਜਿਹੜੇ ਇਸ ਵਕਤ ਬਾਹਰ ਆ ਰਹੇ ਨੇ, ਖੁਸ਼ੀ ਇਜ਼ਹਾਰ ਕੀਤੀ ਜਾ ਰਹੀ ਹੈ। ਉਹਨਾਂ ਦੇ ਮਾਤਾ ਜੀ ਇੱਥੇ ਮੌਜੂਦ ਨੇ, ਆ ਤਸਵੀਰਾਂ ਤੁਸੀਂ ਦੇਖੋ, ਮੂੰਹ ਮਿੱਠਾ ਕਰਾਇਆ ਜਾ ਰਿਹਾ ਇਸ ਵਕਤ। ਇਹ ਤਸਵੀਰ ਹੈ ਮਾਤਾ ਜੀ ਨੂੰ, ਆ ਦੇਖੋ ਪੈਰ ਛੂਏ, ਉਸ ਤੋਂ ਬਾਅਦ ਮੂੰਹ ਮਿੱਠਾ ਕੀਤਾ ਜਾ ਰਿਹਾ ਹੈ ਭਾਈ ਗੁਰਮੀਤ ਸਿੰਘ। ਆ ਤਸਵੀਰਾਂ ਦੇਖ ਸਕਦੇ ਹੋ ਇੱਥੇ ਬਾਪੂ ਜੀ ਇੱਥੇ ਨੇ, ਇੱਕ ਵਾਰ ਤਸਵੀਰਾਂ ਜ਼ਰੂਰ ਦੇਖੋ ਇੱਕ ਵਾਰੀ ਕਿ ਆਖਿਰਕਾਰ ਇੱਥੇ ਕਿਸ ਤਰੀਕੇ ਨਾਲ ਖੁਸ਼ੀ ਮਿਲ ਰਹੀ ਹੈ, ਕਿਉਂਕਿ ਪਹਿਲਾਂ ਦੋ ਵਾਰੀ ਪੈਰੋਲ ਤੇ ਬਾਹਰ ਜ਼ਰੂਰ ਆਏ ਸੀਗੇ ਪਰ ਉਸ ਤੋਂ ਬਾਅਦ ਜਦ ਦੁਬਾਰਾ ਬੈਠੀ ਸੀ ਪਰ ਟੈਕਨੀਕਲ ਜਿਹੜੀ ਹੈ ਉਹ ਕੁਝ ਅੜਚਨ ਜ਼ਰੂਰ ਆ ਗਈ ਸੀ ਤੇ ਉਸ ਤੋਂ ਬਾਅਦ ਹੁਣ ਦੁਬਾਰਾ ਤੋਂ ਜਦ ਬੇਲ ਲਈ ਗਈ ਤੇ ਉਸ ਤੋਂ ਬਾਅਦ ਹੁਣ ਰੈਗੂਲਰ ਬੇਲ ਜਿਹੜੀ ਹੈ ਮਿਲੀ ਗਈ ਹੈ। ਵਕੀਲ ਸਾਹਿਬ ਸਾਡੇ ਨਾਲ ਨੇ, ਸਰ ਬੇਲ ਮਿਲ ਚੁੱਕੀ ਹੈ ਜੀ, ਕੀ ਕਹੋਗੇ ਟੈਕਨੀਕਲ ਗਰਾਊਂਡਸ ਕੀ ਸੀਗੇ ਸਰ? ਨਹੀਂ, ਕਿਉਂਕਿ ਜਿਹੜੇ ਆਪਣਾ ਹਾਈ ਕੋਰਟ ਦੀ ਡਾਇਰੈਕਸ਼ਨ ਦੇ ਮੁਤਾਬਕ ਤਸਵੀਰਾਂ ਤੁਸੀਂ ਦੇਖੋ ਇੱਕ ਵਾਰੀ ਇੱਥੇ। ਹਾਂਜੀ ਸਰ, ਹਾਂਜੀ ਫਿਲਹਾਲ ਤਸਵੀਰਾਂ ਤੁਸੀਂ ਦੇਖੋ ਇੱਥੇ, ਇਹ ਐਡਵੋਕੇਟ ਜਿਹੜੇ ਨਾਲ ਨੇ ਜਿਨ੍ਹਾਂ ਨੇ ਬੇਲ ਕਰਾਈ ਉਹ ਇਸ ਵਕਤ ਇੱਥੇ ਮੌਜੂਦ ਨੇ, ਉਹਨਾਂ ਦਾ ਵੀ ਮੂੰਹ ਜਿਹੜਾ ਮਿੱਠਾ ਕਰਾਇਆ ਜਾ ਰਿਹਾ ਇਸ ਵਕਤ, ਜੈਕਾਰੇ ਲਾਏ ਜਾ ਰਹੇ ਨੇ ਤੇ ਇਸ ਵਕਤ ਤਸਵੀਰਾਂ ਤੁਹਾਡੇ ਸਾਹਮਣੇ ਨੇ। ਫਿਲਹਾਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਕੌਮੀ ਸਾਹਿਬ ਮੋਰਚਾ ਤੋਂ ਕਈ ਸਾਰੇ ਜਿਹੜੇ ਉਹ ਲੀਡਰ ਪਹੁੰਚੇ ਨੇ, ਖੁਸ਼ੀ ਇਜ਼ਹਾਰ ਕਰ ਰਹੇ ਨੇ ਤੇ ਹੁਣ ਆਪਣੇ ਪਰਿਵਾਰ ਦੇ ਨਾਲ ਇਕੱਠੇ ਹੋ ਕੇ ਹੁਣ ਅੱਗੇ ਵੱਧ ਰਹੇ ਨੇ, ਕਿਉਂਕਿ ਹੋਰ ਵੀ ਇੱਥੇ ਬੜੇ ਸਾਰੀ ਜਥੇਬੰਦੀਆਂ ਜਿਹੜੀਆਂ ਨੇ ਪਹੁੰਚੀਆਂ ਨੇ, ਇਸ ਵਕਤ ਸਰੋਪਾ ਭੇਟ ਕਰ ਰਹੇ ਨੇ, ਸਵਾਗਤ ਕਰ ਰਹੇ ਨੇ, ਨਿੱਘਾ ਸਵਾਗਤ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਤੇ ਫਿਰ ਉਹਦੇ ਲਈ ਆਹ ਤਸਵੀਰਾਂ ਨੇ ਜਿੱਥੇ ਇਸ ਵਕਤ ਗੱਲ ਕੀਤੀ ਜਾ ਰਹੀ ਹੈ। ਇੱਕ ਵਾਰ ਸਰ ਟੈਕਨੀਕਲ ਗਰਾਊਂਡ ਕੀ ਸੀਗੇ ਉਹਨਾਂ ਬਾਰੇ ਇੱਕ ਵਾਰੀ ਵਕੀਲ ਸਾਹਿਬ ਨਾਲ ਗੱਲ ਕਰ ਲੈਂਦੇ ਹਾਂ। ਅੱਜ ਇਹਨਾਂ ਦੀ ਜਿਹੜੀ ਪ੍ਰੀਮੈਚੁਰ ਰਿਲੀਜ਼ ਦੀ ਐਪਲੀਕੇਸ਼ਨ ਉਹ ਪੈਂਡਿੰਗ ਹੈ, ਉਸ ਆਧਾਰ ਤੇ ਇਹਨਾਂ ਨੂੰ ਬੇਲ ਦੇ ਦਿੱਤੀ ਗਈ। ਹਾਂਜੀ, ਕੀ ਕੁਛ ਰੱਖਿਆ ਗਿਆ ਸੀਗਾ ਕੋਰਟ ਦੇ? ਕੋਰਟ ਦੇ ਅੱਗੇ ਇਹੀ ਰੱਖਿਆ ਸੀਗਾ ਵੀ ਇਹਨਾਂ ਦੀ ਆਲਰੇਡੀ ਜਿਹੜੀ ਇੱਕ ਐਪਲੀਕੇਸ਼ਨ ਹੈ ਪ੍ਰੀ ਮੈਚੁਰ ਰਿਲੀਜ਼ ਦੀ ਉਹ ਪੈਂਡਿੰਗ ਹੈ, ਹਾਈ ਕੋਰਟ ਦੀ ਡਾਇਰੈਕਸ਼ਨ ਹੈ ਵੀ ਜਿਨ੍ਹਾਂ ਦੀ ਐਪਲੀਕੇਸ਼ਨ ਪੈਂਡਿੰਗ ਹੈ ਉਹਨਾਂ ਨੂੰ ਬੇਲ ਆਊਟ ਕੀਤਾ ਜਾਵੇ। ਰੈਗੂਲਰ ਜ਼ਮਾਨਤ ਮਿਲ ਗਈ ਹੈ, ਕੋਈ ਇਸ ਦੇ ਉੱਤੇ ਕੁਝ ਹੈਗੇ ਹੋਰ ਕੋਈ ਬੰਦਿਸ਼ਾਂ? ਨਹੀਂ, ਹੋਰ ਬੰਦਿਸ਼ਾਂ ਕੁਝ ਨਹੀਂ ਹੈ, ਆਪਣੇ ਘਰੇ ਰਹਿਣਗੇ ਜੀ। ਸਾਰੀ ਕੌਮ ਦਾ ਧੰਨਵਾਦ ਹੈ, ਕੌਮੀ ਇਨਸਾਫ਼ ਮੋਰਚੇ ਵਾਲਿਆਂ ਦਾ ਧੰਨਵਾਦ, ਜਿਹੜੀ ਸੰਗਤ ਬੈਠੀ ਹੈ ਸਾਡੇ ਵਾਸਤੇ ਸੰਘਰਸ਼ ਕਰ ਰਹੀ ਹੈ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਅਤੇ ਮੈਂ ਸਰਕਾਰ ਨੂੰ ਇਹੀ ਬੇਨਤੀ ਕਰਦਾ ਵੀ ਜਿਹੜੇ ਬਾਕੀ ਸਿੰਘ ਹੈ ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹੈ ਉਹਨਾਂ ਨੂੰ ਵੀ ਛੇਤੀ ਹੀ ਉਹ ਰਿਹਾ ਕਰਨ, ਰਾਹਤ ਦੇਣ, ਇਹ ਸਾਰੀਆਂ ਬੇਨਤੀਆਂ ਮੈਂ ਅੱਜ ਕਰਦਾ ਹਾਂ ਤੁਹਾਡੇ ਸਾਰਿਆਂ ਸਾਹਮਣੇ। ਅੱਜ ਰੈਗੂਲਰ ਜ਼ਮਾਨਤ ਜਦੋਂ ਹੋਈ ਹੈ ਜੀ, ਜਦੋਂ ਜੇਲ੍ਹ ਤੋਂ ਬਾਹਰ ਆਏ ਹੋ, ਸਾਹਮਣੇ ਮਾਤਾ ਨੂੰ ਮਿਲੇ ਹੋ, ਤੁਹਾਨੂੰ ਮਿਲਣ ਦੇ ਲਈ ਹੋਰ ਲੋਕ ਇੱਥੇ ਆਏ ਨੇ, ਸਭ ਤੋਂ ਪਹਿਲਾਂ ਜ਼ਹਿਨ ਦੇ ਵਿੱਚ ਕੀ ਚੱਲ ਰਿਹਾ, ਕੀ ਕੁਝ ਮਨ ਦੇ ਵਿੱਚ ਆ ਰਿਹਾ? ਵਧੀਆ ਲੱਗਿਆ ਜੀ, ਇੰਨੇ ਸੰਗਤ ਸਾਡੇ ਨਾਲ ਹੈ, ਅਸੀਂ ਚੜ੍ਹਦੀ ਕਲਾ ਹਨ, ਸੰਗਤ ਦਾ ਸਹਿਯੋਗ ਹੈ, ਵਧੀਆ ਲੱਗਦਾ। ਜਦੋਂ ਪੈਰੋਲ ਤੇ ਪਹਿਲਾਂ ਆਉਂਦੇ ਸੀ ਤਾਂ ਉਦੋਂ ਕਿਤੇ ਨਾ ਕਿਤੇ ਜ਼ਹਿਨ 'ਚ ਵੀ ਰਹਿੰਦਾ ਸੀ, ਦਿਨ ਵੀ ਗਿਣੇ ਜਾਂਦੇ ਸੀ ਕਿ ਇੱਕ ਗਿਆ ਦੋ ਗਏ, ਪਰ ਹੁਣ ਰੈਗੂਲਰ ਜ਼ਮਾਨਤ ਹੋਈ ਹੈ। ਹਾਂਜੀ ਹਾਂ, ਇਹ ਫਰਕ ਤਾਂ ਹੈਗਾ। ਜਦੋਂ ਪਿਛਲੀ ਵਾਰ ਇੱਕ ਤਕਨੀਕੀ ਕਮੀ ਦੇ ਚੱਲਦਿਆਂ ਜਦੋਂ ਤੁਹਾਨੂੰ ਦੁਬਾਰਾ ਅੰਦਰ ਜਾਣਾ ਪਿਆ, ਉਸ ਵੇਲੇ ਆਖਿਰ ਕੀ ਹੋਇਆ ਸੀ? ਕੁਛ ਨਹੀਂ ਜੀ, ਬਸ ਦਾਣੇ ਪਾਣੀ ਦੇ ਖੇਡਾਂ, ਜਦ ਅੰਦਰ ਹੁੰਦਾ ਅੰਦਰ ਖਾ ਲਈਦਾ, ਬਾਹਰ ਹੁੰਦਾ ਬਾਹਰ ਖਾ ਲਾਂਗੇ। ਬਾਕੀ ਧੰਨਵਾਦ ਆ ਸਾਰਿਆਂ ਦਾ, ਹੈ ਨਾ। ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਭਿਓਰਾ,
ਅੰਦਰ ਨੇ, ਉਹਨਾਂ ਸਾਰਿਆਂ ਨੇ ਵੀ ਸਾਰੀ ਸੰਗਤ ਨੂੰ ਫਤਿਹ ਬੁਲਾਈ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਮੈਂ ਸਰਕਾਰ ਨੂੰ ਇਹੀ ਅਪੀਲ ਕਰਦਾ ਕਿ ਬਾਕੀ ਸਿੰਘਾਂ ਨੂੰ ਵੀ ਛੇਤੀ ਹੀ ਰਿਹਾ ਕੀਤਾ ਜਾਵੇ। ਫਿਲਹਾਲ ਗੁਰਮੀਤ ਸਿੰਘ ਜੀ ਨੇ ਨਿੱਘਾ ਸਵਾਗਤ ਕੀਤਾ ਗਿਆ, ਸਭ ਤੋਂ ਪਹਿਲਾਂ ਉਸ ਬਾਰੇ ਕੀ ਕਹੋਗੇ? ਬਹੁਤ ਸਾਰੀ ਸੰਗਤ ਦਾ ਧੰਨਵਾਦ ਹੈ ਜੀ, ਆਪਣੇ ਸਮੇਂ ਚੋਂ ਸਮਾਂ ਕੱਢ ਕੇ ਇੱਥੇ ਆਏ ਆ। ਕੋਟਾਨ ਕੋਟ ਧੰਨਵਾਦ ਹੈ। ਬੰਦੀ ਸਿੰਘ ਦੇ ਬਾਰੇ ਕੀ ਕਹੋਗੇ ਜਿਹੜੇ ਹੱਲੇ ਵੀ ਅੰਦਰ ਨੇ? ਉਹਨਾਂ ਸਾਰਿਆਂ ਵਾਸਤੇ ਬੰਦੇ ਪਾਵੇ ਨੇ ਹਾਲ ਹੋ ਜਾਵੇ। ਸਤਿ ਸ੍ਰੀ ਅਕਾਲ। ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਕਰਦੇ ਆ ਕਿ ਉਹਨਾਂ ਨੂੰ ਵੀ ਛੇਤੀ ਛੇਤੀ ਰਾਹਤ ਮਿਲੇ। ਪਰਿਵਾਰ ਨਾਲ ਰਹੋਗੇ, ਭਵਿੱਖ ਆਪਣਾ ਇਸੇ ਤਰੀਕੇ। ਬਿਲਕੁਲ ਸਹੀ ਗੱਲ ਹੈ। ਤਸਵੀਰਾਂ ਤੁਸੀਂ ਦੇਖ ਸਕਦੇ ਸੀਗੇ, ਇਸ ਵਕਤ ਭਾਈ ਗੁਰਮੀਤ ਸਿੰਘ ਜਿਹੜੇ ਉਹ ਬੇਲ ਤੇ ਰੈਗੂਲਰ ਬੇਲ ਤੇ ਬਾਹਰ ਪਹੁੰਚੇ ਨੇ ਤੇ ਉੱਥੇ ਆਪਣੀ ਗੱਲ ਰੱਖਦੇ ਨਜ਼ਰ ਆਏ, ਇੱਕ ਮੈਸੇਜ ਦਿੰਦੇ ਨਜ਼ਰ ਆਏ ਕਿ ਜਿਹੜੇ ਬਾਕੀ ਮੰਦੀ ਸਿੰਘ ਨੇ ਉਹਨਾਂ ਨੂੰ ਵੀ ਜਲਦ ਤੋਂ ਜਲਦ ਰਿਹਾਅ ਕੀਤਾ ਜਾਏ ਤਾਂ ਕਿ ਸਾਰੇ ਆਪਣੇ ਘਰ ਜਾ ਸਕਣ, ਆਪਣੀ ਗੱਲ ਰੱਖਦੇ ਨਜ਼ਰ ਆਏ। ਤਾਂ ਫਿਲਹਾਲ ਦੇ ਲਈ ਇਸ ਵਕਤ ਨਿੱਘਾ ਸਵਾਗਤ ਉਹਨਾਂ ਦਾ ਕੀਤਾ ਗਿਆ। ਕੈਮਰਾ ਪਰਸਨ ਰੁਪਿੰਦਰ ਜੱਗੀ ਦੇ ਨਾਲ ਬਸਮ ਵਰਮਾ, ਡੇਲੀ ਪੋਸਟ, ਚੰਡੀਗੜ੍ਹ।